ਇਹੋ ਜਿਹੇ ਪ੍ਰੋਜੈਕਟਸ 'ਤੇ ਕਰਨਾ ਹੈਗਾ, ਕੁਛ ਪਬਲੀਕੇਸ਼ਨਸ 'ਤੇ ਸਾਡੇ ਕੋਲ ਕੈਰਨ ਜੰਗਲ ਲਿਆਉਣਾ ਸੀ, ਗੇਟ ਨੂੰ ਪ੍ਰੈਸ ਵਾਲੇ ਨੂੰ ਉਹ ਕੁਛ ਕੰਮ ਕਰਕੇ ਆ ਨਹੀਂ ਸਕੇ, ਫਿਰ ਨੁਕਤੇ ਵਿੱਚ ਹੈਗੇ ਆ ਥਰਡ ਆਈ ਪਬਲੀਕੇਸ਼ਨਸ, ਸ਼ਾਇਦ ਇਹ ਨੁਕਤਾ ਵੀ ਅਸੀਂ ਉਠਾਈਏ ਅਤੇ ਸਾਨੂੰ ਪਬਲੀਕੇਸ਼ਨ ਦੀ, ਜੇ ਅਸੀਂ ਅੰਗਰੇਜ਼ੀ 'ਚ ਲਿਖ ਵੀ ਲੈਂਦੇ ਹਾਂ ਤਾਂ ਪਬਲੀਕੇਸ਼ਨ ਸਾਨੂੰ ਬਹੁਤ ਡਿਫੀਕਲਟੀ ਆ, ਸਾਡੀ ਅਜੇ ਕ੍ਰੈਡੀਬਿਲਿਟੀ ਨਹੀਂ। ਸੋ ਇਹ ਕੁਛ ਥੋੜ੍ਹੇ ਜਿਹੇ ਪੁਆਇੰਟ ਹੋਣਗੇ, ਔਰ ਬਹੁਤ ਖੁੱਲ੍ਹਾ ਫਲੈਕਸੀਬਲ ਹੋਊਗਾ ਮਾਹੌਲ, ਕੋਈ ਕੰਸਟਰੇਂਟ ਜਿਹਾ ਨਹੀਂ ਹੋਊਗਾ, ਬੜਾ ਖੁੱਲ੍ਹਾ ਦੁੱਲਾ ਹੀ ਹੋਊਗਾ ਕੰਮ, ਕੋਈ ਵੀ ਬੋਲ ਸਕਦਾ, ਘੰਟਾ ਕੀ ਮਸਾਂ ਇਹ ਕੰਮ ਚੱਲੂ ਜਾਂ ਉਦੋਂ ਵੀ ਘੱਟ, ਉਸ ਤੋਂ ਪਿੱਛੋਂ ਇੱਥੇ ਚਾਹ ਪਾਣੀ ਦਾ ਉਹਨਾਂ ਨਾਲ ਹੋਊਗਾ ਥੋੜ੍ਹਾ ਜਿਹਾ, ਅਤੇ ਉਹਦੇ 'ਚ ਸਾਰਿਆਂ ਨੂੰ ਸਾਰੇ ਵੈਲਕਮ ਹੈਗੇ, ਸਾਰਿਆਂ ਨੂੰ ਸਪੈਸ਼ਲ ਹੁੰਦਾ, ਸਾਰੇ ਪਾਰਟੀਸਪੇਟ ਕਰੋ, ਅਤੇ 3:30 'ਤੇ ਇੱਥੇ ਸ਼ੁਰੂ ਹੋ ਜਾਣਾ। ਥੈਂਕਸ। ਇੱਕ ਬੇਨਤੀ ਇਹ ਵੀ ਕਰੀ, ਇਹ ਵੀ ਕਰਨੀ ਚਾਹੁੰਦਾ ਕਿ ਅੰਗਰੇਜ਼ੀ ਰਾਈਟਰਾਂ ਦੇ ਬੈਠਣ ਲਈ, ਕਿਉਂਕਿ ਆਪਾਂ ਕਾਫੀ ਫੁੱਲ ਹੈਗੀ ਆਪਣੀ ਆਡੀਅੰਸ, ਜੇ ਉਹਨਾਂ ਲਈ ਥੋੜ੍ਹਾ ਜਿਹਾ ਮਿਹਰਬਾਨੀ ਕਰਤੀ ਜਾਵੇ, ਅਗਲੀਆਂ 2-4 ਸੀਟਾਂ 'ਤੇ ਪਿੱਛੇ ਵੀ ਬੈਠ ਜਾਣਗੇ ਵੈਸੇ ਵੀ ਹੋਈਆਂ, ਅਤੇ ਅਸੀਂ ਕੁਛ ਜਾਣੇ ਫੜ ਵੀ ਜਾਵਾਂਗੇ ਸਾਈਡ 'ਤੇ ਬੈਠ ਜਾਵਾਂਗੇ।